ਮੇਰੇ ਆਪਣੇ YouTube ਚੈਨਲ ਜਸਵਿੰਦਰ ਸਿੰਘ ਬਿੱਟਾ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਆ ਤਾਜ਼ਾ ਅਪਡੇਟ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਤਾਂ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸੋ ਅੱਜ ਗੱਲ ਕਰਦੇ ਆਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਦੇ ਵਿੱਚ ਐਮਬੈਸਡਰ ਰਹੇ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਦੀ ਗੱਲ ਕੀਤੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਆ ਚੁੱਕੇ ਨੇ ਔਰ ਅਮਰੀਕਾ ਦੇ ਵਿੱਚ ਉਹ ਭਾਰਤੀ ਅੰਬੈਸਡਰ ਰਹਿ ਚੁੱਕਿਆ ਹੈ ਤਰਨਜੀਤ ਸਿੰਘ ਸੰਧੂ ਚਰਚਾ ਹੋ ਰਹੀ ਹੈ ਕਿ ਬੀਜੇਪੀ ਉਹਨਾਂ ਨੂੰ ਆਪਣਾ ਅਮ੍ਰਿਤਸਰ ਤੋਂ ਉਮੀਦਵਾਰ ਬਣਾਏਗੀ ਔਰ 31 ਜਨਵਰੀ ਨੂੰ ਉਹਨਾਂ ਨੇ ਸੇਵਾਮੁਕਤੀ ਲੈ ਲਈ ਹੈ ਤੇ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਉਹ ਅਧਿਕਾਰੀ ਸਨ ਤੇ ਅਮ੍ਰਿਤਸਰ ਦੇ ਰਹਿਣ ਵਾਲੇ ਆ ਤੇ ਭਾਜਪਾ ਉਹਨਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਮ੍ਰਿਤਸਰ ਸੀਟ ਤੋਂ ਇੱਕ ਸਿੱਖ ਉਮੀਦਵਾਰ ਜੇ ਜਿਹੜੀ ਜੜੀ ਤਲਾਸ਼ ਕਰ ਰਹੀ ਸੀ ਉਹ ਚੇਰਾ ਭਾਜਪੀ ਨੂੰ ਮਿਲ ਗਿਆ ਹਾਲਾਂਕਿ ਰਸਮੀ ਤੌਰ ਤੇ ਭਾਵੇਂ ਇਹਦਾ ਐਲਾਨ ਨਹੀਂ ਹੋਇਆ ਲੇਕਿਨ ਸਰਦਾਰ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਨੇ 1988 ਬੈਚ ਦੇ ਇੰਡੀਅਨ ਫੋਰਨ ਸਰਵਿਸ ਦੇ ਉਹ ਅਧਿਕਾਰੀ ਨੇ ਔਰ ਉਹਨਾਂ ਦਾ ਅੰਮ੍ਰਿਤਸਰ ਦੇ ਨਾਲ ਬਹੁਤ ਪੁਰਾਣਾ ਜਿਹੜਾ ਰਿਸ਼ਤਾ ਹੈਗਾ ਤੇ ਭਾਜਪਾ ਦੇ ਵਿੱਚ ਇਹ ਵੀ ਚਰਚਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਅੰਮ੍ਰਿਤਧਾਰੀ ਸਿੱਖ ਜਿਹੜਾ ਇਹ ਕਮੀਦਾਰ ਚਾਹੁੰਦੀ ਸੀ ਤੇ ਉਹਦੇ ਲਈ ਇਹ ਚਿਹਰਾ ਜਿਹੜਾ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਇੰਡੀਅਨ ਫੋਰਨ ਸਰਵਿਸ ਦੇ ਉਹਨਾਂ ਦਾ ਨਾ ਸਿਰਫ ਅਕਸ ਦੀ ਗੱਲ ਸਗੋਂ ਡਿਪਲੋਮੈਟ ਹੋਣ ਦੇ ਨਾਤੇ-ਨਾਤੇ ਉਹਨਾਂ ਦਾ ਪ੍ਰਵਾਸੀ ਭਾਰਤੀਆਂ ਨਾਲ ਵੀ ਬਹੁਤ ਗੂੜੇ ਸਬੰਧ ਨੇ ਔਰ ਇਹ ਹੀ ਕਾਰਨ ਹੈ ਕਿ ਉਹਨਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਜਿਹੜਾ ਸਨਮਾਨ ਵੀ ਕੀਤਾ ਗਿਆ ਔਰ ਭਾਜਪਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਰਿਟਾਇਰ ਹੁੰਦੇ ਨੇ ਔਰ ਸੇਵਾ ਮੁਕਤੀ ਦੀ ਜਦੋਂ ਗੱਲ ਆ ਗਈ ਬਾਹਰ ਤੇ ਹੁਣ ਥੋੜੇ ਦਿਨ ਪਹਿਲਾਂ ਕੌਮੀ ਪੱਧਰ ਦੇ ਆਗੂ ਨੇ ਵੀ ਇੱਕ ਪੁਸ਼ਟੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਭਾਜਪਾ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਸਕਦੇ ਆ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹਾਲਾਂਕਿ ਅੰਮ੍ਰਿਤਸਰ ਤੋਂ ਭਾਜਪਾ ਨੇ ਬਹੁਤ ਪਹਿਲਾਂ ਤਜਰਵੇ ਕੀਤੇ ਅਰਨੁਜ ਜੇਟਲੀ ਇੱਥੋਂ ਇਲੈਕਸ਼ਨ ਲੜੇ ਸਰਦਾਰ ਹਰਦੀਪ ਸਿੰਘ ਪੁਰੀ ਇੱਥੋਂ ਇਲੈਕਸ਼ਨ ਲੜੇ ਲੇਕਿਨ ਉਹ ਸਾਰੇ ਜਿਹੜੇ ਚੋਣਾ ਹਾਰ ਗਏ ਸੀ ਪਰ ਫਿਰ ਵੀ ਉਹ ਕੇਂਦਰ ਦੇ ਵਿੱਚੋਂ ਮੰਤਰੀ ਬਣੇ ਰਹੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅੰਮ੍ਰਿਤਸਰ ਸੀਟ ਦੇ ਵਿੱਚ ਭਾਜਪਾ ਲਈ ਇੱਕ ਚੰਗਾ ਚਿਹਰਾ ਜਿਹੜਾ ਲੈ ਕੇ ਆਉਣਾ ਤੇ ਉਹਨੂੰ ਜਿਤਾਉਣਾ ਇਹ ਇੱਕ ਚੈਲੰਜ ਬਣਿਆ ਹੋਇਆ ਔਰ ਸਿੱਧੂ ਅੰਮ੍ਰਿਤਸਰ ਸੀਟ ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਨੇ ਔਰ ਉਸ ਤੋਂ ਬਾਅਦ ਭਾਜਪਾ ਇਹ ਜਿਹੜੀ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਸੀਟ ਹੈ ਇਹ ਲਗਾਤਾਰ ਹਾਰ ਚੁੱਕੀ ਹੈ ਅਰुण ਜੇਟਲੀ ਇੱਥੋਂ ਹਾਰ ਗਏ ਔਰ ਹਰਦੀਪ ਸਿੰਘ ਪੁਰੀ ਇੱਥੋਂ ਹਾਰ ਗਏ ਤੇ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਹਾਰ ਦਾ ਵੱਡਾ ਕਾਰਨ ਇਹ ਮੰਨਿਆ ਗਿਆ ਕਿ 2014 ਦੇ ਵਿੱਚ ਭਾਜਪਾ ਨੇ ਆਪਣੇ ਸਭ ਤੋਂ ਵੱਡੇ ਨੇਤਾ ਤੇ ਉਸ ਸਮੇਂ ਦੇ ਕੇਂਦਰੀ ਵਿੱਤ ਮੰਤਰੀ ਅਰुण ਜੇਤਲੀ ਨੂੰ ਜਦੋਂ ਮੈਦਾਨ ਵਿੱਚ ਉਤਾਰਿਆ ਸੀ ਪਰ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ ਸਨ 2014 ਦੇ ਵਿੱਚ ਹਾਲਾਂਕਿ ਸਭ ਨੂੰ ਪਤਾ ਸੀਗਾ ਵੀ ਕੇਂਦਰ ਦੇ ਵਿੱਚ ਐਨਡੀਏ ਸਰਕਾਰ ਬਣੇਗੀ ਤੇ ਅਰुण ਜੇਤਲੀ ਨੂੰ ਵੱਡਾ ਅਹੁਦਾ ਮਿਲੇਗਾ ਲੇਕਿਨ ਇਸ ਦੇ ਬਾਵਜੂਦ ਵੀ ਅਮਰਸਰੀਆਂ ਨੇ ਅਰुण ਜੇਤਲੀ ਨੂੰ ਹਰਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਹੈ ਚੋਣ ਜਿਤਾਈ ਫਿਰ 2019 ਦੇ ਵਿੱਚ ਆਪਣੇ ਵੱਡੇ ਨੇਤਾ ਲੈ ਕੇ ਆਏ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਜਦੋਂ ਹਰਦੀਪ ਸਿੰਘ ਪੁਰੀ ਨੂੰ ਉਤਾਰਿਆ ਗਿਆ ਤੇ ਉਹਨਾਂ ਨੂੰ ਅੰਮ੍ਰਿਤਸਰੀਆਂ ਨੇ ਜਿਹੜਾ ਹੈ ਪਰਵਾਣ ਨਹੀਂ ਕੀਤਾ ਤੇ ਉਸ ਮੌਕੇ ਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ ਹੈ ਉਹ ਚੋਣ ਜਿੱਤ ਗਏ ਔਰ ਭਾਜਪਾ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਗਿਆ ਕਿ ਬਾਹਰੋਂ ਜਿਹੜੇ ਨੇਤਾ ਲਿਆਂਦੇ ਜਾ ਰਹੇ ਨੇ ਉਹਨਾਂ ਦੇ ਕਰਕੇ ਇਹ ਹਾਰ ਹੋਈ ਕਿਉਂਕਿ ਜੇਤਲੀ ਸਾਹਿਬ ਹਾਰ ਗਏ ਹਰਦੀਪ ਸਿੰਘ ਪੁਰੀ ਹਾਰਗੇ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਸਿੱਧਾ ਸਬੰਧ ਨਹੀਂ ਸੀਗਾ ਹੁਣ ਬੀਜੇਪੀ ਨੇ ਨਵਾਂ ਤਜਰਬਾ ਕੀਤਾ ਹੈ ਤਰਨਜੀਤ ਸਿੰਘ ਸੰਧੂ ਦੇ ਉੱਤੇ ਕਿਉਂਕਿ ਇੱਥੇ ਲੋਕਲ ਚਿਹਰੇ ਦੀ ਪਹਿਲਾਂ ਤਲਾਸ਼ ਕੀਤੀ ਜਾ ਰਹੀ ਸੀਗੀ ਹਾਲਾਂਕਿ ਰਜਿੰਦਰ ਮੋਹਨ ਸਿੰਘ ਛੀਨਾ ਜਿਹੜੇ ਉਹ ਵੀ ਆਪਣੇ ਡਿਟ੍ਰੈਕਟ ਦੇ ਲਈ ਲਗਾਤਾਰ ਜੋਰ ਅਜਮਾਈ ਕਰ ਰਹੇ ਨੇ ਖਾਲਸਾ ਕਾਲਜ ਦੇ ਆਨਰੇਰੀ ਜਰਨਲਿਸਟ ਖਤਰ ਨੇ ਇਸ ਤੋਂ ਪਹਿਲਾਂ ਵੀ ਉਹ ਚੋਣ ਲੜ ਚੁੱਕੇ ਨੇ ਔਰ ਸਿੱਖ ਚਿਹਰਾ ਔਰ ਬੀਜੇਪੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਤੇ ਪਰ ਦੂਜੇ ਪਾਸੇ ਤਰਨਜੀਤ ਸਿੰਘ ਸੰਧੂ ਦਾ ਨਾਮ ਵੀ ਇੱਥੇ ਬੋਲ ਰਿਹਾ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਹੈ ਡਿਪਲੋਮੈਟ ਰਹਿ ਨੇ ਰਾਜਦੂਤ ਰਹਿ ਨੇ ਉਹਨਾਂ ਦਾ ਚੰਗਾ ਅਕਸ ਹੈ ਔਰ ਸਿੱਖ ਹੋਣ ਦੇ ਨਾਲ ਨਾਲ ਉਹਨਾਂ ਦਾ ਅਮਰਜੀਤ ਸਰ ਦੇ ਨਾਲ ਬਹੁਤ ਪੁਰਾਣਾ ਉਹਨਾਂ ਦੇ ਫੋਰ ਫਾਦਰ ਦਾ ਪੁਰਾਣਾ ਜਿਹੜਾ ਰਿਸ਼ਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਭਾਜਪਾ ਨੇ ਤਮ ਲਾਡੂ ਕਾਡਰ ਦੇ ਜਿਹੜੇ ਆਈਐਸ ਅਧਿਕਾਰੀ ਸਨ ਜਗਮਉਨ ਸਿੰਘ ਰਾਜੂ ਉਹਨਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਸੀ ਲੇਕਿਨ ਅਮ੍ਰਿਤਸਰ ਦੱਖਣੀ ਤੋਂ ਉਹਨਾਂ ਨੂੰ ਵੀ ਕੋਈ ਬਹੁਤੀ ਸਫਲਤਾ ਨਹੀਂ ਸੀ ਮਿਲੀ ਆ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਹਨਾਂ ਚੋਣਾਂ ਦੇ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ ਜਮਾਨ ਤੋਂ ਉਹਨਾਂ ਦੀ ਜਬਤ ਹੋ ਗਈ ਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਉੱਤੇ ਬੀਜੇਪੀ ਦਾ ਲਾਅ ਲਾ ਸਕਦੀ ਹੈ ਅਮਰੀਕਾ ਦੇ ਵਿੱਚ ਆ ਭਾਰਤੀ ਰਾਜਦੂਤ ਵੱਜੋਂ ਵਿਸ਼ਿੰਗਟਨ ਡੀਸੀ ਨੂੰ ਅਲਵਿਦਾ ਕਹਿ ਚੁੱਕੇ ਨੇ ਔਰ ਤਰਨਜੀਤ ਸਿੰਘ ਸੰਧੂ ਅੱਜਕੱਲ੍ਹ ਅਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਦਿਖਾਈ ਦਿੰਦੇ ਨੇ ਅਮ੍ਰਿਤਸਰ ਦੇ ਵੱਖ-ਵੱਖ ਥਾਵਾਂ ਤੇ ਦਿਖਾਈ ਦਿੰਦੇ ਆ ਤੇ ਉਹ ਵੱਖ-ਵੱਖ ਲੋਕਾਂ ਨੂੰ ਮਿਲ ਰਹੇ ਨੇ ਤੇ ਬਹੁਤੇ ਲੋਕ ਉਹਨਾਂ ਨੂੰ ਪੁਰਾਣੇ ਜਾਣਦੇ ਨੇ ਜਿਹੜੇ ਪੁਰਾਣੇ ਲੋਕ ਨੇ ਅੰਮ੍ਰਿਤਸਰ ਦੇ ਤੇ ਬਹੁਤੇ ਲੋਕਾਂ ਨੂੰ ਇਹ ਪਤਾ ਹੈ ਕਿ ਭਾਜਪਾ ਇੱਕ ਨਵਾਂ ਚਿਹਰਾ ਲੈ ਕੇ ਆਉਣ ਲੱਗੀ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਡਿਪਲੋਮੈਟ ਵੀ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈਗਾ ਤੇ ਬਾਕੀ ਤੇਜਾ ਸਿੰਘ ਸਮੁੰਦਰੀ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ ਨੇ ਉਹਨਾਂ ਦੇ ਦਾਦਾ ਜੀ ਸਨ ਉਹਨਾਂ ਦਾ ਨਾਮ ਹੀ ਬਹੁਤ ਵੱਡਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹਾਲ ਬਣਿਆ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਦੇ ਦਾਦਾ ਜੀ ਦੇ ਨਾਂ 'ਤੇ ਬਣਿਆ ਹੋਇਆ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਜਦੋਂ ਪਿੱਛੇ ਸਮਾਗਮ ਹੋਏ ਸਨ ਤਾਂ ਉਦੋਂ ਵੀ ਤੇਜਾ ਸਿੰਘ ਸਮੁੰਦਰੀ ਜਿਹਦੇ ਜਿਹੜੇ ਸਮਾਗਮ ਸਨ ਉਹਨਾਂ ਦੀ ਯਾਦ ਦੇ ਵਿੱਚ ਰੱਖੇ ਗਏ ਹਰਮੰਦਰ ਸਾਹਿਬ ਵਿਖੇ ਉਹਨਾਂ ਨੇ ਆ ਕੇ ਮੱਥਾ ਵੀ ਟੇਕਿਆ ਸੀ ਤੇ ਨਾਲ ਉਹਨਾਂ ਨੇ ਉਹ ਪੁਰਾਣੀਆਂ ਸਾਂਝਾਂ ਯਾਦਾਂ ਵੀ ਤਾਜ਼ਾ ਕੀਤੀਆਂ ਸਨ ਬਾਅਦ ਦੇ ਵਿੱਚੋਂ ਅਮਰੀਕਾ ਚਲੇ ਗਏ ਤਰਨਜੀਤ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਾਨੀ ਦੇ ਵਿੱਚੋਂ ਤੇਜਾ ਸਿੰਘ ਸਮੁੰਦਰੀ ਦਾ ਨਾਮ ਬਹੁਤ ਵੱਡਾ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਇੱਕ ਵੱਡਾ ਹਾਲ ਵੀ ਜਿਹੜਾ ਸ਼ੋਭਤ ਹੈ ਅੱਜ ਤੋਂ ਠੀਕ 100 ਸਾਲ ਪਹਿਲਾਂ ਸਮੁੰਦਰੀ ਨਾਮ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਲੀਗ ਉਹਦੇ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਕਾਫੀ ਸਰਗਰਮ ਰਹੇ ਔਰ ਉਹ ਕਾਂਗਰਸ ਦੇ ਵੀ ਆਗੂ ਰਹੇ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਜਵਾਰਲਾਲ ਨਹਿਰੂ ਮਦਨਮੋਨ ਮਾਲਵੀਆ ਮੁਲਾਨਾ ਅਬਦੁਲ ਕਲਾਮ ਉਹਨਾਂ ਨਾਲ ਵੀ ਸਵਰਗੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਿਹੜਾ ਚੰਗਾ ਨਾਤਾ ਰਿਹਾ ਇੱਕ ਸਿਵਲ ਨਾ ਫਰਮਾਨੀ ਅੰਦੋਲਨ ਹੋਇਆ ਸੀਗਾ 100 ਸਾਲ ਪਹਿਲਾਂ ਉਹਦੇ ਵਿੱਚ ਵੀ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ ਬਹੁਤ ਭਾਰੀ ਫੰਡ ਇਕੱਠਾ ਕੀਤਾ ਗਿਆ ਸੀ ਔਰ ਉਹਦੇ ਵਿੱਚ ਸਾਰੇ Hindu ਭਾਈਚਾਰਾ Muslim ਭਾਈਚਾਰਾ ਸਿੱਖ ਔਰ ਸਿਵਲ ਨਾ ਫਰਮਾਨੀ ਅੰਦੋਲਨ ਲਈ ਇੱਕ ਝੰਡੇ ਹੇਠਾਂ ਇਕੱਠੇ ਕੀਤੇ ਗਏ ਸਨ ਅੰਗਰੇਜ਼ਾਂ ਦੁਆਰਾ ਉਹਨਾਂ ਦੇ ਵਿਰੁੱਧ ਦੇਸ਼ ਧਰੋਦੇ ਦੋਸ਼ ਵੀ ਲਾਏ ਗਏ ਸਨ ਔਰ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਕਾਫੀ ਵੱਡਾ ਕੰਮ ਕੀਤਾ ਹੈ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਦਾਦਾ ਜੀ ਰਹੇ ਨੇ ਔਰ ਉਹਨਾਂ ਦਾ ਜਿਹੜਾ ਵਾ ਵਾਸਤਾ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਸੁਭਾਸ਼ ਚੰਦਰ ਬੋਸ ਤੇ ਹੋਰ ਵੱਡੇ ਆਗੂਆਂ ਨਾਲ ਵੀ ਰਿਹਾ ਹੈ ਇਸੇ ਤਰ੍ਹਾਂ ਹੀ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਪਿਤਾ ਅਭਿਸ਼ੰਗ ਸਿੰਘ ਸਮੁੰਦਰੀ ਇੱਕ ਸਿੱਖਿਆ ਸ਼ਾਸਤਰੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਹਿਲੇ 22 ਚਾਂਸਲਰ ਰਹੇ ਹੈ ਹਾਲਾਂਕਿ ਉਹ ਖਾਲਸਾ ਕਾਲਜ ਦੇ ਵਿੱਚ ਵੀ ਪੜਾਉਂਦੇ ਰਹੇ ਉਥੋਂ ਦੇ ਪ੍ਰਿੰਸੀਪਲ ਵੀ ਰਹੇ ਤੇ ਇਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਜੱਦੀ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰਾਏ ਬੁਰਜ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਔਰ ਸਾਬਕਾ ਮੈਸਟਰ ਉਥੋਂ ਦੇ ਜੰਪਲ ਨੇ ਅੰਮ੍ਰਿਤਸਰ ਦੇ ਸੈਕੰਡ ਹਾਰਟ ਤੇ ਸੇਂਟ ਫਰਾਂਸਿਸ ਸਕੂਲ ਦੇ ਵਿੱਚ ਪੜਨ ਵਾਲੇ ਸੰਧੂ ਹੁਣ ਲੋਕਾਂ ਨਾਲ ਜਿਹੜੀ ਮੁਲਾਕਾਤ ਕਰ ਰਹੇ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜ਼ਿਆਦਾਤਰ ਸ਼ਹਿਰ ਦੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਪਰਿਵਾਰ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਦੇਖਿਆ ਜਾ ਰਿਹਾ ਡਾਕਟਰ ਵਕੀਲ ਚਾਰਟਰਡ ਅਕਾਊਂਟੈਂਟ ਯਾਨੀ ਜਿਹੜੇ ਪੁਰਾਣੇ ਵੱਡੇ ਬੰਦੇ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਔਰ ਅਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਡੀਕਲ ਕਾਲਜ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਆ ਰਹੀਆਂ ਜਾਂ ਸਿਹਤ ਸੰਭਾਲ ਬਾਰੇ ਇੱਕ ਗਿਆਨ ਭਰਪੂਰ ਚਰਚਾ ਦੇ ਵਿੱਚ ਵੀ ਉਹ ਸ਼ਾਮਲ ਹੋਏ ਔਰ ਜਿਹੜੇ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਆ ਨੌਜਵਾਨ ਉਹਨਾਂ ਨਾਲ ਵੀ ਉਹ ਮੀਟਿੰਗ ਕਰ ਰਹੇ ਨੇ ਵੱਖ-ਵੱਖ ਆਰਥਿਕ ਖੇਤਰ ਦੇ ਵਿੱਚ ਜਿੱਥੇ ਚੁਣੌਤੀਆਂ ਤੇ ਮੌਕੇ ਆ ਤੇ ਦਿਲਚਸਪ ਜਿਹੜੇ ਕੋਈ ਸੈਮੀਨਾਰ ਹੁੰਦੇ ਆ ਉਹਦੇ ਵਿੱਚ ਵੀ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਨੇ ਅੰਮ੍ਰਿਤਸਰ ਦੇ ਆਰਥਿਕ ਬੁਨਿਆਦੀ ਤੇ ਢਾਂਚਾ ਸਿੱਖਿਆ ਢਾਂਚਾ ਹੁਨਰ ਦੇ ਮੌਕਿਆਂ ਦੇ ਸਬੰਧੀ ਜਾਂ ਉਦਮੀਆਂ ਨਾਲ ਜਾਂ ਜਿਹੜੇ ਟੈਕਨੋਕਰੇਟਸ ਨੇ ਉਹਨਾਂ ਨਾਲ ਵੀ ਉਹਨਾਂ ਦੀ ਜਿਹੜੀ ਹੈ ਸਾਂਝ ਪੈ ਰਹੀ ਹੈ ਸੋ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ ਔਰ ਭਾਜਪਾ ਵੱਲੋਂ ਸਵਭਾਵੀ ਤੌਰ ਤੇ ਜਿਹੜੀ ਹੁਣ ਸੂਚੀ ਆਏਗੀ ਉਹਦੇ ਵਿੱਚ ਪਹਿਲਾ ਨਾਮ ਇਹਨਾਂ ਦਾ ਹੋ ਸਕਦਾ ਇਸ ਤਰ੍ਹਾਂ ਦੇ ਕਿਐਸੇ ਲੱਗਣੇ ਸ਼ੁਰੂ ਹੋ ਗਏ ਜਦੋਂ ਤੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਆਪਣੀਆਂ ਜਿਹੜੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਔਰ ਬਾਰਡਰ ਏਰੀਆ ਸਰਹੱਦੀ ਇਲਾਕਾ ਹੈ ਔਰ ਸਰਹੱਦੀ ਇਲਾਕੇ ਦੇ ਵਿੱਚ ਜਿਹੜੀਆਂ ਪੁਰਾਣੀਆਂ ਕੋਈ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਦੇ ਮੱਦੇਨਜ਼ਰ ਵੀ ਸਰਦਾਰ ਤਰਨਜੀਤ ਸਿੰਘ ਸੰਧੂ ਇਹਨਾਂ ਨੂੰ ਹੱਲ ਕਰਾਉਣ ਦੀ ਗੱਲ ਕਹਿੰਦੇ ਆ ਦੂਜੇ ਪਾਸੇ ਉਹਨਾਂ ਦਾ ਇੱਕ ਪੋਲਿਟੀਕਲ ਜਿਹੜਾ ਬੇਸ ਪਰਿਵਾਰ ਦਾ ਹੈ ਔਰ ਹੁਣ ਉਹ ਚੰਗੇ ਰਾਜਨੇਤਾ ਬਣ ਸਕਣਗੇ ਇਹ ਤਾਂ ਹੁਣ ਦੇਖਣਾ ਹੈ ਅਮਰਸਰ ਵਾਲਿਆਂ ਨੇ ਕਿਉਂਕਿ ਜਿਹੜਾ ਪਿਛਲੇ ਤਜਰਬੇ ਰਹੇ ਐ ਜਿਵੇਂ ਅਰुण ਜੇਤਲੀ ਦੀ ਗੱਲ ਹੋਵੇ ਜਾਂ ਹਰਦੀਪ ਸਿੰਘ ਪੁਰੀ ਦੀ ਗੱਲ ਹੋਵੇ ਉਹਨਾਂ ਦੇ ਤਜਰਬਿਆਂ ਤੋਂ ਤਾਂ ਇਹ ਲੱਗਦਾ ਹੈ ਕਿ ਬੀਜੇਪੀ ਨੇ ਸਿੱਖ ਚਿਹਰੇ ਨੂੰ ਇੱਥੇ ਜਿਹੜਾ ਅਕਸੈਪਟ ਨਹੀਂ ਕੀਤਾ ਉਥੋਂ ਦੇ ਵੋਟਰਾਂ ਨੇ ਲੇਕਿਨ ਹੁਣ ਤਰਨਜੀਤ ਸਿੰਘ ਸੰਧੂ ਨੂੰ ਅਕਸੈਪਟ ਕਰਦੇ ਨੇ ਅਮਰਸਰ ਦੇ ਲੋਕ ਕੀ ਤਰਨਜੀਤ ਸਿੰਘ ਸੰਧੂ ਨੂੰ ਬੀਜੇਪੀ ਟਿਕਟ ਦਿੰਦੀ ਹੈ ਇਹ ਹੁਣ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਇਹ ਸੀ ਬੀਜੇਪੀ ਦੇ ਸਿੱਖ ਚਿਹਰੇ ਵਜੋਂ ਅੰਮ੍ਰਿਤਸਰ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਵੱਲੋਂ ਕੀਤੇ ਜਾ ਰਹੇ ਦੌਰਿਆਂ ਦੇ ਜ਼ਿਕਰ ਤੇ ਕੀ ਅਸਰ ਆਈਆਂ ਸੋ ਮੈਨੂੰ ਜਸਵਿੰਦਰ ਸਿੰਘ ਮਟਨ ਦੇ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ